ਦਰਸੀਮ ਸਿੰਘ ਪੰਗੂ ਦੀ ਕਹਾਣੀ ਵਿਖੜੇ ਪਿੰਡਿਆਂ ਦੇ ਪੰਦੀ ਸ਼ਾਇਦ 1980-81 ਦਾ ਵਾਰਾਂ ਸੀ ਪੰਜਾਬ ਦਾ ਕੋਈ ਪਿੰਡ ਹੋ ਜਿੱਥੇ ਸੂਰਜ ਡੁੱਬਦਿਆਂ ਬੂਹੇ ਨਾ ਟੁੱਪਦੇ ਹੋਣ ਇਹ ਉਹ ਮੰਦ ਭਾਗਾ ਵੇਲਾ ਸੀ ਜਦੋਂ ਕਿਤੇ ਨਾ ਕਿਤੇ ਸੱੱਥਰ ਵਿਚੇ ਹੀ ਰਹਿੰਦਾ ਸੀ ਮੈਂ ਫੌਜ ਚ 2 ਮਹੀਨੇ ਦੀ ਛੁੱਟੀ ਕੱਟਣ ਆਇਆ ਹੋਇਆ ਸਾਂ ਸਾਡੀ ਪੱਤੀ ਦਾ ਇੱਕ ਨੌਜਵਾਨ ਕਰਨ ਸਿੰਘ ਜੋ ਅੰਮ੍ਰਿਤਸਰ ਦੇ ਕਾਲਜ ਚ ਪੜਦਾ ਸੀ ਜੋ ਮੇਰੇ ਤੋਂ 6-7 ਸਾਲ ਛੋਟਾ ਸੀ ਉਸ ਬਾਰੇ ਸਿਰਫ ਇੰਨਾ ਹੀ ਪਤਾ ਸੀ ਕਿ ਫਲਾਣਿਆਂ ਦਾ ਮੁੰਡਾ ਕਾਲਜ ਪੜ੍ਹਦਾ ਹੈ। ਉਹਨਾਂ ਵੇਲੇਾਂ 'ਚ ਕਾਲਜ ਦੀ ਪੜ੍ਹਾਈ ਬੜੇ ਮਾਣ ਵਾਲੀ ਗੱਲ ਹੁੰਦੀ ਸੀ। ਮਾਰਚ ਦੀ ਕੋਸੀ ਧੁੱਪ ਥੋੜੀ ਚੁਬਣ ਕਰਕੇ ਬਿਨਾਂ ਵਰਾਂਡੇ ਵਾਲੀ ਬੈਠਕ 'ਚ ਉੱਚਾ ਸਿਰਾਂ ਲਈ ਲੰਮਾ ਪਿਆ ਜਸਵੰਤ ਸਿੰਘ ਕਵਲਦਾਰ ਨਾਵਲ ਲਹੂ ਦੀ ਲੋ ਪੜ੍ਹ ਰਿਆ ਸਾਂ। 1978 ਤੋਂ 80 ਤੱਕ ਮੇਰੀਆਂ ਵੀ 3-4 ਕਹਾਣੀਆਂ ਇੱਕ ਪੰਜਾਬੀ ਅਖਬਾਰ 'ਚ ਛਪ ਚੁੱਕੀਆਂ ਸਨ। ਇਸ ਲਈ ਮੈਂ ਆਪਣਾ ਜ਼ਿਆਦਾ ਸਮਾਂ ਸਾਹਿਤ ਪੜਨ 'ਚ ਹੀ ਗੁਜ਼ਾਰਦਾ ਸਾਂ ਖੇਤੀ ਗੇੜਾ ਮਾਰਦਾ ਪਰ ਬਾਪੂ ਕੰਮ ਨੂੰ ਹੱਥ ਨਾ ਲਾਉਣ ਦਿੰਦਾ ਉਸ ਦਿਨ ਪਿੰਡ ਦਾ ਮੁੰਡਾ ਕਰਨ ਤੇ ਉਹਦਾ ਹਮ ਉਮਰ ਲੜਕਾ ਸ਼ਾਇਦ ਉਹ ਵੀ ਉਸ ਵਾਂਗ ਕਾਲਜੀ ਆਟਸੀ ਇੱਕ ਝੋਲਾ ਜਿਹਾ ਗਲੋਂ ਫੜਿਆ ਵੀਰਜੀ ਸਾਸਿਕਾਲ ਕਹਿੰਦਿਆਂ ਬੈਠਕ 'ਚ ਦਾਖਲ ਹੋਏ ਮੈਂ ਕਿਤਾਬ ਮੁੱਦੀ ਮਾਰ ਕੇ ਉੱਠਦੇ ਹਾਂ ਫਤੇ ਦਾ ਜਵਾਬ ਦੇ ਕੇ ਮੁੰਡਿਆਂ ਨਾਲ ਹੱਥ ਮਿਲਾ ਕੇ ਕੁਰਸੀਆਂ ਤੇ ਬੈਠਣ ਦਾ ਇਸ਼ਾਰਾ ਕੀਤਾ ਛੁੱਟੀ ਆਈ ਫੌਜੀ ਨੂੰ ਮਿਲਣ ਵਾਲੇ ਦਾ ਪਹਿਲਾ ਸਵਾਲ ਇਹੀ ਹੁੰਦਾ ਕਿੰਨੀ ਛੁੱਟੀ ਆਈ ਜੀ ਤੇ ਮੈਂ ਜਵਾਬ ਦੇ ਕੇ ਪਿੰਡ ਦੇ ਮੁੰਡੇ ਨੂੰ ਪੜ੍ਹਾਈ ਬਾਰੇ ਪੁੱਛਿਆ ਤੇ ਲਗਨ ਨਾਲ ਪੜਨ ਲਈ ਕਹਿ ਕੇ ਆਪਣੇ ਸਿਆਣੇ ਹੋਣ ਦਾ ਸਬੂਤ ਦਿੱਤਾ ਕਰਨ ਨੇ ਦੂਜੇ ਸਾਥੀ ਕੋਲੋਂ ਝੋਲਾ ਫੜਦਿਆਂ ਵੀਰ ਜੀ ਅਸੀਂ ਤੁਹਾਡੇ ਕੋਲੋਂ ਕੁਝ ਜਾਣਕਾਰੀ ਲੈਣ ਆਏ ਹਾਂ ਕਹਿੰਦੇ ਆ ਝੋਲੇ 'ਚ 2 36 ਨੰਬਰ ਹੈਂਡ ਗ੍ਰੇਨੇਡ ਮੇਜ਼ ਤੇ ਰੱਖ ਦਿੱਤੇ ਮੇਰੀ ਤਾਂ ਜਿਵੇਂ ਜ਼ੁਬਾਨ ਹੀ ਠਾਕੀ ਗਈ ਹੋਈ ਕਦੀ ਮੈਂ ਨੌਜਵਾਨ ਮੁੰਡਿਆਂ ਵੱਲ ਕਦੀ ਜੰਗਾਲ ਲੱਗੀਆਂ ਸੇਫਟੀ ਪਿੰਨਾ ਲੱਗੇ ਗਰਨੇਡਾਂ ਵੱਲ ਵੇਖ ਰਿਆ ਸੀ ਵੀਰ ਜੀ ਤੁਸੀਂ ਫੌਜੀ ਹੋ ਇਹ ਕਿਸ ਤਰ੍ਹਾਂ ਚੱਲਦੇ ਆ ਤੁਹਾਡੇ ਤੋਂ ਜਾਣਕਾਰੀ ਹਾਸਲ ਕਰਨੀ ਚਾਹੁੰਦੇ ਆ ਦੀ ਆਵਾਜ਼ ਨੇ ਮੈਨੂੰ ਆਪਣੇ ਆਪ ਨੂੰ ਬੈਠਕ 'ਚ ਬੈਠੇ ਹੋਣ ਦਾ ਅਹਿਸਾਸ ਕਰਵਾਇਆ ਮੈਂ ਥੋੜਾ ਸਬੰਧ ਲਿਆ ਕਿਆ ਕਰਨ ਇਹ ਗਰਨੇਡ ਮੌਤ ਦਾ ਉਹ ਪਲ ਨਹੀਂ ਜੋ ਕਦੀ ਵੀ ਆ ਸਕਦਾ ਉਹ ਕਿਵੇਂ ਵੀਰੇ ਜੀ ਜਿੰਨਾ ਚਿਰ ਚਲਾਈਏ ਨਾ ਕਿਵੇਂ ਚੱਲ ਜਾਣਗੇ ਬੇਸ਼ੱਕ ਕਰਨ ਕਾਲਜ ਦਾ ਵਿਦਿਆਰਥੀ ਸੀ ਪਰ ਉਸ ਵੇਲੇ ਉਹਦਾ ਸਵਾਲ ਮਾਸੂਮਾ ਵਾਲਾ ਸੀ ਭਾਵੇਂ ਮੈਂ ਫੌਜੀ ਸੀ ਅਸਲੇ ਬਾਰੇ ਸਭ ਕੁਝ ਜਾਣਦਾ ਸਾਂ ਟ੍ਰੇਨਿੰਗ ਵੇਲੇ ਗਰਨੇਡ ਸੁੱਟੇ ਵੀ ਸਨ ਪਰ ਮਹੀਨਾ ਬਾਅਦ ਉਸਤਾਦਾਂ ਕੋਲੋਂ ਡੰਮੀ ਗਰਨੇਡਾਂ ਨੂੰ ਸੁੱਟਣ ਦੀ ਮੁਹਾਰਤ ਹਾਸਲ ਕਰਨ ਤੋਂ ਬਾਅਦ ਨਾਲੇ ਫੌਜ ਵਿੱਚ ਤਾਂ ਕੋਈ ਵੀ ਅਸਲਾ ਤੇ ਹਥਿਆਰ ਬੜੀ ਹਿਫਾਜ਼ਤ ਨਾਲ ਰੱਖਿਆ ਜਾਂਦਾ ਹੈ ਸਵੇਰੇ ਸ਼ਾਮ ਡਿਊਟੀ ਅਫਸਰ ਦੀ ਨਿਗਰਾਨੀ ਚ ਗਿਣਤੀ ਕਰਕੇ ਸੀਲ ਕੀਤਾ ਜਾਂਦਾ ਪਰ ਇਹ ਮੁੰਡੇ ਤਾਂ ਗਰਨੇਡ ਅਲਸੀ ਦੇ ਲੱਡੂਆਂ ਵਾਂਗ ਝੋਲੇ 'ਚ ਪਾਈ ਬੇਖੌਫ ਫਿਰ ਰਹੇ ਸਨ ਜਿਹਦਾ ਕੋਈ ਪਤਾ ਨਹੀਂ ਸੀ ਕਿ ਇਹਨਾਂ 'ਚ ਫਿਊਜ਼ ਤੇ ਡੈਟੋਨੇਟਰ ਫਿੱਟ ਹੈ ਕਿ ਨਹੀਂ ਇਹ ਵੇਖਣ ਲਈ ਖਾਸ ਕਿਸਮ ਦੀ ਚਾਬੀ ਹੁੰਦੀ ਹੈ ਸੇਫਟੀ ਪਿੰਨਾਂ ਦੀ ਹਾਲਤ ਸੀ ਕਿ ਗਰਨੇਡ ਵਿੱਚਲਾ ਤਾਕਤਵਰ ਸਪ੍ਰਿੰਗ ਕਦੀ ਵੀ ਪਿੰਨ ਤੋੜ ਕੇ ਆਜ਼ਾਦ ਹੋ ਸਕਦਾ ਸੀ ਤੇ ਅਣਕਿਆਸੀ ਤਬਾਹੀ ਦਾ ਕਾਰਨ ਬਣ ਸਕਦਾ ਸੀ ਉਸ ਵੇਲੇ ਮੁੰਡਿਆਂ ਸਮੇਤ ਮੈਂ ਵੀ ਤਬਾਹੀ ਦਾ ਸ਼ਿਕਾਰ ਹੋ ਸਕਦਾ ਸੀ ਮੈਂ ਤਾਂ ਮੁੰਡਿਆਂ ਨੂੰ ਸ਼ਿਸ਼ਟਾਚਾਰ ਵਜੋਂ ਪਾਣੀ ਪੁੱਛਣਾ ਵੀ ਭੁੱਲ ਗਿਆ ਸੀ ਪੰਜਾਬ ਦੀ ਅਸ਼ਾਂਤੀ ਤੇ ਕਾ ਦੁੱਖਾ ਮੁਕਾਬਲੇ ਜਾਂ ਬੈਂਕ ਲੁੱਟਣ ਦੀਆਂ ਵਾਰਦਾਤਾਂ ਅਖਬਾਰਾਂ 'ਚ ਪੜ੍ਹਿੰਦੀਆਂ ਤੇ ਸੁਣਿੰਦੀਆਂ ਸਨ ਅੱਜ ਪਰਤਖ ਹੋ ਗਿਆ ਸੀ ਮੈਂ ਨਹੀਂ ਸੀ ਚਾਹੁੰਦਾ ਮੁੰਡੇ ਮੇਰੇ ਕੋਲ ਹੋਰ ਰੁਕਣ ਮੈਂ ਉਹਨਾਂ ਨੂੰ ਜਲਦੀ ਜਲਦੀ ਗਰਨੇਡ ਕਿਵੇਂ ਕੰਮ ਕਰਦਾ ਹੈ ਸਮਝਾਉਂਦਿਆਂ ਕਿਆ ਤੁਹਾਨੂੰ ਇਹਦਾ ਪਤਾ ਨਹੀਂ ਕਿ ਇਸ 'ਚ ਫਿਊਜ਼ ਫਿੱਟ ਹੈ ਜਾਂ ਨਹੀਂ ਜੇ ਤੁਹਾਨੂੰ ਜਾਣਕਾਰੀ ਹੈ ਕਿ ਇਹਨਾਂ 'ਚ ਫਿਊਜ਼ ਨਹੀਂ ਹੈ ਤੇ ਸੇਫ ਹਨ ਨਹੀਂ ਤੇ ਕਦੀ ਵੀ ਜੰਗਾਲੀ ਪਿੰਨ ਤੋੜ ਕੇ ਫਟ ਸਕਦੇ ਹਨ ਤੁਸੀਂ ਕਿੱਥੋਂ ਲਿਆਉਂਦੇ ਆ ਮੈਂ ਪੁੱਛਣ ਦੀ ਲੋੜ ਹੀ ਨਹੀਂ ਸਮਝੀ ਠੀਕ ਹੈ ਵੀਰ ਜੀ ਕਹਿ ਕੇ ਮੁੰਡੇ ਗਰਨੇਡ ਝੋਲੇ 'ਚ ਪਾ ਕੇ ਚਲੇ ਗਏ ਕਾਲਜ ਪੜ੍ਹਦੇ ਕਰਨ ਦੇ ਕਾਮੇ ਬਾਪ ਦਾ ਚਿਹਰਾ ਮੇਰੇ ਸਾਹਮਣੇ ਘੁੰਮ ਗਿਆ ਜੋ ਖੇਤਾਂ ਚ ਮਿੱਟੀ ਹੋਇਆ ਆਪਣੇ ਪੁੱਤਰ ਨੂੰ ਇਸ ਲਈ ਚੰਗੀ ਵਿੱਦਿਆ ਦਿਵਾਉਣ ਦਾ ਉਪਰਾਲਾ ਕਰ ਰਿਹਾ ਸੀ ਜਿਸ ਤੋਂ ਆਪ ਵਾਂਝਾ ਸੀ ਸੱਪਾਂ ਦੀਆਂ ਸਿਰੀਆਂ ਮਿੱਧਦਾ ਪੁੱਤਰ ਤੋਂ ਪਤਾ ਨਹੀਂ ਕੀ ਕੀ ਉਮੀਦਾਂ ਲਾਈ ਬੈਠਾ ਸੀ ਪਰ ਉਹ ਨਹੀਂ ਜਾਣਦਾ ਸੀ ਕਿ ਉਹਦਾ ਪੁੱਤਰ ਇਹਨਾਂ ਉਹਨਾਂ ਵਿਖੜੇ ਰਾਹੀ ਚੱਲ ਪਿਆ ਸੀ ਜੋ ਸਿੱਧੇ ਮੌਤ ਦੇ ਦਰ ਤੇ ਜਾ ਕੇ ਖਤਮ ਹੁੰਦੇ ਹਨ ਮੁੰਡਿਆਂ ਦੀ ਜਾਣ ਤੋਂ ਬਾਅਦ ਮੈਂ ਸੁੱਖ ਦਾ ਸਾਹ ਲਿਆ ਥੋੜੀ ਦੇਰ ਬਾਅਦ ਬਾਹਰ ਨਿਕਲ ਕੇ ਵੇਖਿਆ ਦੋਵੇਂ ਗੱਭਰੂ ਪਿੰਡ ਦੀ ਫਿਰਨੀ ਤੋਂ ਸਿੱਧੇ ਹੀ ਸਿੱਟੇ ਕੱਢ ਰਹੀਆਂ ਹਰੀਆਂ ਕਣਕਾਂ ਦੇ ਵਿੱਚ ਦੀ ਡਾਂਡੇ-ਮਿੰਡੇ ਹੋ ਗਏ ਸਨ ਮੈਂ ਉਹਨਾਂ ਨੂੰ ਉਹਨਾਂ ਚਿਰ ਦੇਖਦਾ ਰਿਹਾ ਜਿੰਨਾ ਚਿਰ ਦਿਸਣੋਂ ਨਾ हट ਗਏ ਕੁਝ ਹੀ ਦਿਨਾਂ ਬਾਅਦ ਬੀਬੀ ਨੇ ਇੱਕ ਦਿਨ ਸਵੇਰੇ 10-11 ਵਜੇ ਆ ਕੇ ਦੱਸਿਆ ਛਿੰਦੇ ਉਹ ਆਪਣੇ ਪੱਤੀ ਵਾਲੇ ਮਹਾਨ ਸਿੰਘ ਦਾ ਮੁੰਡਾ ਜੋ ਕਾਲਜ ਪੜ੍ਹਦਾ ਸੀ ਆਂਦਿਆ ਰਾਤ ਦਾ ਪੂਰਾ ਹੋ ਗਿਆ ਅੱਖ ਦੇ ਨੇ ਕੋਈ ਗੋਲਾ ਗੋਲਾ ਚੱਲ ਗਿਆ ਸੀ ਜਿਵੇਂ ਮੈਨੂੰ ਜਿਵੇਂ 440 ਵੋਲਟ ਦਾ ਝਟਕਾ ਲੱਗਾ ਹੋਵੇ ਮੌਤ ਤੌ ਨਾਲ ਚੱਕੀ ਫਿਰਦੇ ਸੀ ਮੈਂ ਬੜਬੜਾਇਆ ਮੈਨੂੰ ਕੁਝ ਕਿਹਾ ਬੀਬੀ ਚੌਂਕੇ ਚ ਹੀ ਬੋਲੀ ਜਿਵੇਂ ਉਹਨੂੰ ਸੁਣੀ ਗੱਲ ਦੀ ਸਮਝ ਨਾ ਪਈ ਹੋਵੇ ਜਾ ਗੁਰਦੁਆਰੇ ਬੈਠੇ ਨੇ ਤੂੰ ਜਾਇਆ ਤੇਰਾ ਪਾ ਪਿਓ ਆਜੂ ਫੇਰਾ ਜੀ ਸੰਸਕਾਰ ਤਾਂ ਸ਼ਾਮ ਨੂੰ ਹੀ ਹੋਊ ਮੈਂ ਕੁੜਤਾ ਪਜਾਮਾ ਪਹਿਨ ਸਿਰ ਤੇ ਪਰਨਾ ਲਪੇਟ ਗੁਰਦੁਆਰੇ ਚਲਾ ਗਿਆ ਜਦੋਂ ਮੈਂ ਗੁਰਦੁਆਰੇ ਪਹੁੰਚਿਆ ਉੱਥੇ ਕਾਫੀ ਸਿਆਣੇ ਆਦਮੀਆਂ ਦੇ ਵਿਚਕਾਰ ਕਰਨ ਦਾ ਬਾਪ ਚਪਾਹ ਬੈਠਾ ਹੋਇਆ ਸੀ ਉੱਥੇ ਬੈਠੇ ਆ ਉਹਨਾਂ ਦੀ ਗੱਲਬਾਤ ਦੌਰਾਨ ਕਿਸੇ ਵੀ ਸਾਫ਼ ਗੱਲ ਦਾ ਪਤਾ ਨਾ ਲੱਗਾ ਕਿ ਕੀ ਤੇ ਕਿਵੇਂ ਹੋਇਆ ਕੁਝ ਉਪਰੇ ਮੁੰਡੇ ਕਰਨ ਦੀ ਚੀਥੜੇ ਹੋਈ ਲਾਸ਼ ਲੈ ਕੇ ਤੜਕੇ ਆਏ ਸੀ ਤੇ ਲਾਸ਼ ਦੇ ਕੇ ਮੁੜ ਗਏ ਸੀ ਗੁਰਦੁਆਰੇ ਬੈਠੇ ਮੇਰੀਆਂ ਅੱਖਾਂ ਅੱਗੇ ਦੋਵੇਂ ਚੜਦੀ ਜਵਾਨੀ ਮੁੰਡਿਆਂ ਦੇ ਚਿਹਰੇ ਆ ਗਏ ਜੋ ਮੈਥੋਂ ਕੁਝ ਦਿਨ ਪਹਿਲਾਂ ਗਰਨੇਡ ਕਿਵੇਂ ਚੱਲਦੇ ਨੇ ਜਾਣਕਾਰੀ ਲੈਣ ਆਏ ਸੀ ਕਰਨ ਦੇ ਬੋਲ ਯਾਦ ਕਰਕੇ ਮੈਂ ਭਾਵੁਕ ਹੋ ਗਿਆ ਸਾਂ ਦਸਵੇਂ ਤੇ ਭੋਗ ਵੇਲੇ ਪੀਲੇ ਰੰਗ ਦਾ ਹੜ ਕਰਨ ਤੇ ਉਸ ਵੇਲੇ ਚੱਲ ਰਹੀ ਗਰਮ ਲਹਿਰ ਦੇ ਕਿਸੇ ਨਾਮੁਲੂਮ ਜਥੇਬੰਦੀ ਨਾਲ ਜੁੜਨ ਦਾ ਸਬੂਤ ਸੀ ਛੁੱਟੀ ਦੌਰਾਨ ਮੈਂ ਅਕਸਰ ਆਦਤਨ ਸਵੇਰੇ ਸਵੇਰੇ ਖੂਹ ਤੇ ਚਲਾ ਜਾਂਦਾ ਸੀ ਦਾਤਨ ਕਰਦਾ ਇਧਰ ਉਧਰ ਟਹਿਲ ਰਿਹਾ ਸੀ ਸਕਿਆਂ ਚਾਚੇ ਦਾ ਪੁੱਤ ਜੋ ਮੇਰਾ ਦੋਸਤ ਵੀ ਸੀ ਚਾਹ ਵਾਲਾ ਡੋਲੂ ਫੜੀ ਆਉਂਦਾ ਦਿਸਿਆ ਟਰੈਕਟਰ ਚਲਾਉਂਦੇ ਚਾਚੇ ਦੀ ਚਾਹ ਅਕਸਰ ਖੂਤੇ ਹੀ ਆਉਂਦੀ ਹੁੰਦੀ ਸੀ ਪਰ ਅੱਜ ਤਾਂ ਚਾਚਾ ਮੈਨੂੰ ਪਿੰਡ ਨੂੰ ਜਾਂਦਾ ਰਾਹ 'ਚ ਮਿਲਿਆ ਸੀ ਚਾਚੇ ਦੇ ਪੁੱਤ ਸ਼ੀਰੇ ਦੀ ਮੇਰੇ ਨਾਲ ਵਾਵਾ ਬਣਦੀ ਸੀ ਕਿਉਂਕਿ ਅਸੀਂ ਕਦੀ ਕਦੀ ਉਹਦੇ ਵੱਲੋਂ ਹੱਥ ਦੀ ਕੱਢੀ ਤੇ ਮੇਰੇ ਵੱਲੋਂ ਲਿਆਂਦੀ ਫੌਜੀ ਰੰਮ ਦੀ ਪੈਗਾਂ ਦੇ ਸਾਂਝ ਪਾਉਂਦੇ ਹੀ ਰਹਿੰਦੇ ਸਾਂ ਹੋਰ ਭਾਉ ਕਿਦਾਂ ਫਿਰ ਲਗਦਾ ਹੈ ਕਿ ਵਿਵਾਜਾਂ ਨਹੀਂ ਵੱਜਦਾ ਮੇਰਾ ਲੌਂਗ ਲਾਚੀਆਂ ਵਾਲਾ ਪਾਇਆ ਡਰਾਮਾ ਹੀ ਲੱਗ ਜਾਣਾ ਉਹਦਾ ਭਾਅ ਮੇਰੇ ਵਿਆਹ ਤੋਂ ਸੀ ਕਿੱਥੇ ਰਿਹਾ ਐਨੇ ਦਿਨ ਲੱਭਾ ਹੀ ਨਹੀਂ ਮੈਂ ਦਾਤਨ ਵਗਾ ਕੇ ਲੱਗੇ ਨਲਕੇ ਵੱਲ ਔਲਦਿਆਂ ਸਿਰਫ ਇੰਨਾ ਹੀ ਕਿਹਾ ਇਹ ਵੀ ਦੱਸਣਾ ਕਹਿ ਕੇ ਚਾਹ ਆਲਾ ਡੋਲੂ ਬੰਬੀ ਦੇ ਵਿੱਚ ਬੱਚੇ ਤੇ ਰੱਖ ਚਾਰਚ ਫਿਰੇ ਝਾਕਦੇ ਹਾਂ ਕਮਾਦ ਦੇ ਖੇਤ ਵੱਲ ਮੂੰਹ ਕਰਕੇ ਹੋਲੀ ਜੀ ਸ਼ੀਰੇ ਨੇ ਆਵਾਜ਼ ਮਾਰੀ ਮਿੱਕੇ ਆ ਜਾ ਥੋੜੀ ਦੇਰ ਬਾਅਦ ਕਮਾਦ 'ਚ ਛੇੜ ਹੋਣੀ ਸ਼ੁਰੂ ਹੋ ਗਈ ਹੌਲੀ ਹੌਲੀ ਸੱਜੇ ਖੱਬੇ ਵੇਖਦਾ ਗੋਰਾ ਨਿਸ਼ੋ ਤਿੱਖੇ ਨੈਣ ਨਕਸ਼ ਗਲ ਕਾਲੀ ਡੋਰੀ ਚ ਸੋਨੇ ਦਾ ਤਵੀਤ ਕ੍ਰੀਮ ਸ਼ੇਡ ਦਾ ਚਾਦਰਾ ਕੁੜਤਾ ਤਿੱਲੇਦਾਰ ਲੱਕੀ ਜੁੱਤੀ ਵਾਲੇ 21-22 ਸਾਲ ਦੇ ਉਪਰੇ ਗੱਭਰੂ ਦੇ ਨੇੜੇ ਆ ਕੇ ਚੱਕਦੇ ਚੱਕਦੇ ਬਾਜੀ ਸੱਸੀ ਕੱਲ ਬੁਲਾਈ ਭਾਤ ਅੱਥੋਂ ਹੁਣ ਕਾਦਾ ਉਲਾ ਇਹ ਮੁੰਡਾ ਪਾਰੋਂ ਮਤਲਬ ਪਾਕਿਸਤਾਨ ਆ ਪਾਕਿਸਤਾਨੋਂ ਆ ਰਾਤੀ ਆਇਆ ਮੇਰੇ ਨਾਲ ਮਾਲ ਜਿਆਦਾ ਸੀ ਹੁਣ 2-4 ਦਿਨ ਰਹਿ ਕੇ ਇਧਰੋਂ ਵੀ ਮਾਲ ਲੈ ਕੇ ਹੀ ਜਾਓ 4-5 ਦਿਨ ਸ਼ੀਰੇ ਦੇ ਨਜ਼ਰੀਨਾ ਪੈਣ ਦੀ ਸਾਰੀ ਕਹਾਣੀ ਸਮਝ ਪੈ ਰਹੀ ਸੀ ਸ਼ੀਰਾ ਪਿੰਡ ਦੇ ਇੱਕ ਹੋਰ ਮੁੰਡੇ ਨਾਲ ਸ਼ਰਾਬ ਕੱਢ ਕੇ ਤਾਂ ਵੇਚ ਲੈਂਦਾ ਸੀ ਪਰ ਉਹ ਪਾਰ ਵੀ ਜਾਣ ਲੱਗ ਪਿਆ ਇਹਦੀ ਖਬਰ ਨਹੀਂ ਸੀ ਮੈਂ ਸੋਚ ਰਿਹਾ ਸੀ ਇਹ ਕਿਹੜੇ ਰਾਹੀ ਤੁਰ ਪਿਆ ਹੈ ਇਸ ਸੁਨੱਖੇ ਗਬਰੂ ਦੀ ਮਾਂ ਸੋਚਦੀ ਹੋएगी ਉਹਦਾ ਪੁੱਤ ਕਮਾਈ ਕਰਨ ਗਿਆ ਹੋਇਆ ਹੈ ਸ਼ੀਰੇ ਨੇ ਦੱਸਿਆ ਵੀ ਇੱਧਰ ਆ ਕੇ ਇਹ ਆਪਣਾ ਨਾਮ ਬਦਲ ਲੈਂਦੇ ਨੇ ਉੱਧਰ ਜਾ ਕੇ ਅਸੀਂ ਮੈਂ ਛੁੱਟੀ ਕੱਟ ਕੇ ਚਲਾ ਗਿਆ ਘਰੋਂ ਚਿੱਠੀ ਆਈ ਮੇਰੇ ਛੋਟੇ ਭਰਾ ਨੇ ਲਿਖਿਆ ਜੀ ਵੀਰ ਜੀ ਚਾਚੇ ਦਾ ਮੁੰਡਾ ਸ਼ੀਰਾ ਤੇ ਚੜਦੀ ਪੱਤੀ ਦਾ ਇੱਕ ਮੁੰਡਾ ਮੁੰਡਿਆਂ 'ਚ ਰਲ ਗਏ ਨੇ ਰਾਤ ਨੂੰ ਲੁਕ ਛਿਪ ਕੇ ਗੇੜਾ ਮਾਰਦੇ ਨੇ ਚਾਚਾ ਤੇ ਚਾਚੀ ਬੜੇ ਪਰੇਸ਼ਾਨ ਨੇ ਅਜਿਹੇ ਹਾਲਾਤ 'ਚ ਮਾਂ-ਬਾਪ ਦਾ ਚਿੰਤਾਗ੍ਰਸਤ ਹੋਣਾ ਕੁਦਰਤੀ ਹੁੰਦਾ ਹੈ ਅਜੇ ਕਈ ਨੌਜਵਾਨ ਜੋ ਅੱਧ ਪੜੇ ਰਾਜਨੀਤਿਕ ਤੇ ਧਾਰਮਿਕ ਪੱਖ ਪੱਖੋਂ ਕੋਰੇ ਸਨ ਹੋਰ ਪਿੰਡਾਂ ਵਿੱਚ ਵੀ ਦੋ-ਦੋ ਚਾਰ-ਚਾਰ ਸਨ ਜਿਨ੍ਹਾਂ ਨੂੰ ਸਿਆਸੀ ਸ਼ਤਰੰਜ ਦੇ ਖਿਡਾਰੀਆਂ ਵੱਲੋਂ ਆਪਣੇ ਮੋਹਰੇ ਬਣਾ ਕੇ ਇਸ ਗਰਮ ਲਹਿਰ 'ਚ ਵਰਤਿਆ ਗਿਆ ਤੇ ਖੁਦ ਸੇਕ ਤੋਂ ਮਹਿਫੂਜ਼ ਰਹੇ ਸਨ ਇਸ ਸਚਾਈ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਹਰੇਕ ਪੰਜਾਬੀ ਥੋੜਾ ਚਾਹੇ ਬਹੁਤਾ ਭਾਵੇਂ ਕਿਸੇ ਵੀ ਰੂਪ 'ਚ ਜ਼ਰੂਰ ਪ੍ਰਭਾਵਿਤ ਹੋਇਆ ਸੀ ਨੌਜਵਾਨਾਂ ਦੇ ਭੋਗਾਂ ਤੇ ਵੱਡੇ ਵੱਡੇ ਲੀਡਰਾਂ ਦੇ ਆਉਣ ਨਾਲ ਹੀ ਸ਼ਹੀਦ ਦਾ ਦਰਜਾ ਮਿਲ ਜਾਂਦਾ ਸੀ ਕਈ ਬੁੱਧੀਜੀਵੀਆਂ ਨੂੰ ਵੀ ਮੌਕੇ ਦਾ ਸੱਚ ਲਿਖਣ ਕਰਕੇ ਆਪਣੀਆਂ ਜਾਨਾਂ ਤੋਂ ਹੱਥ ਧੋਣੇ ਪਏ ਸੀ ਮੇਰੇ ਆਪਣੇ ਪਿੰਡ ਦੇ ਤਿੰਨ ਨਵੇਂ ਉੱਠੇ ਵੈਲੀ ਗਬਰੂ ਸਨ ਜਿਨ੍ਹਾਂ ਦਾ ਬਦਲਿਆ ਰੂਪ ਰੰਗ ਵੇਖ ਕੇ ਲੋਕ ਉਹਨਾਂ ਨੂੰ ਜਥੇਦਾਰ ਜੀ ਕਹਿ ਕੇ ਬੁਲਾਉਣ ਲੱਗ ਪਏ ਸਨ ਮੈਂ ਦੁਬਾਰਾ ਛੁੱਟੀ ਆਇਆ ਹੋਇਆ ਸੀ ਸਵੇਰੇ ਸਵੇਰੇ ਜਦੋਂ ਬਾਹਰੋਂ ਹੋ ਕੇ ਆਇਆ ਤਾਂ ਠੱਠੀ ਕੰਧ ਵਾਲੇ ਸਾਡੇ ਵੇਲੇ ਤੇ ਨਾਲ ਲੱਗਦੇ ਚਾਚੇ ਦੇ ਘਰ ਨੂੰ ਸੀਆਰਪੀਐਫ ਦੇ ਜਵਾਨਾਂ ਨੇ ਘੇਰਾ ਪਾਇਆ ਸੀ ਮੈਨੂੰ ਬਾਹਰੋਂ ਆਉਂਦੇ ਨੂੰ ਹੈਂਡਸ ਅਪ ਕਹਿ ਕੇ ਰੋਕਿਆ ਗਿਆ ਮੈਂ ਹਰਾਨ ਸੀ ਮੈਂ ਆਪਣੀ ਪਛਾਣ ਦੱਸੀ ਉਹਨਾਂ ਮੈਨੂੰ ਹੱਥ ਖੜੇ ਕਰਕੇ ਅੱਗੇ ਆਉਣ ਨੂੰ ਕਿਹਾ ਇੱਕ ਜਵਾਨ ਨੇ ਮੇਰੀ ਤਲਾਸ਼ੀ ਲਈ ਇਹਨੇ ਨੂੰ ਦੋ ਥਾਣੇਦਾਰ ਹੱਥਾਂ 'ਚ ਰਿਵਾਲਵਰ ਫੜੀ ਫਿਲਮੀ ਅੰਦਾਜ਼ 'ਚ ਸਾਡੇ ਘਰ 'ਚ ਚਾਰ ਚੁਫੇਰੇ ਚਾੱਕਦੇ ਇੰਜ ਦਾਖਲ ਹੋਏ ਜਿਵੇਂ ਸਾਡੇ ਘਰ ਕੋਈ مشਕੂਕ ਬੰਦਾ ਲੁਕਿਆ ਹੋਵੇ ਬਾਹਰ ਆ ਕੇ ਇਹ ਕੌਣ ਆ ਉਹਨਾਂ ਦਾ ਇਸ਼ਾਰਾ ਮੇਰੇ ਵੱਲ ਸੀ ਮੈਂ ਜਦੋਂ ਦੱਸਿਆ ਕਿ ਫੌਜੀ ਆ ਤਾਂ ਥਾਣੇਦਾਰ ਦਾ ਵਿਅੰਗ ਸੀ ਫਿਰ ਤਾਂ ਗੋਲੀ ਸਿੱਕਾ ਤੂੰ ਵੀ ਲਿਆ ਦਿੰਦਾ ਹੋਏਗਾ ਉਸ ਵੇਲੇ ਮੈਂ ਬੋਲਣਾ ਮناسب ਨਾ ਸਮਝਿਆ ਕਿਉਂਕਿ ਮੈਂ ਪੰਜਾਬ ਪੁਲਿਸ ਦੀ ਮਿੱਠੀ ਬੋਲੀ ਤੋਂ ਭਲੀ ਭਾਂਤ ਜਾਣੂ ਸੀ ਇੰਨੇ ਨੂੰ ਸਾਡੀ ਪੱਤੀ ਦਾ ਆਪਣੇ ਆਪ ਨੂੰ ਮੋਤਵਾ ਰਖਵਾਉਂਦਾ ਟਾਊਟ ਕਿਸਮ ਦਾ ਮੈਂਬਰ ਪੰਚਾਇਤ ਵੀ ਚੌਕੀਦਾਰ ਸਾਦਾ ਲੈ ਆਇਆ ਸੀ ਥਾਣੇਦਾਰ ਕਹਿ ਰਿਹਾ ਸੀ ਮੈਂਬਰਾ ਪੱਠੇ ਤੇ ਹੋਈ ਆ ਲੁੱਟਖੋ ਮੁੰਡਾ ਪੇਸ਼ ਕਰਾਓ ਨਹੀਂ ਤਾਂ ਸਾਰੇ ਬੰਨ ਕੇ ਲੈ ਜਾਣੇ ਨੇ ਸਬਬ ਨਾਲ ਚਾਚਾ ਕਿਧਰੇ ਗਿਆ ਹੋਇਆ ਸੀ ਕੁੜੀਆਂ ਵੇਲਾ ਵੇਖ ਕੇ ਆਂਡ ਗਵਣ ਜਾਵੜੀਆਂ ਸੀ ਮੈਂਬਰ ਨੇ ਆਪਣਾ ਤਜੀਬ ਖਾਉਂਦੇ ਕਿਹਾ ਸਰਦਾਰ ਜੀ ਭਾਵੇਂ ਘਰ ਦਾ ਸਭ ਕੁਝ ਚੱਕ ਕੇ ਲੈ ਜਾਓ ਪਰ ਅਸੀਂ ਪਰਜਾਈ ਨੂੰ ਨਹੀਂ ਜਾਣ ਦੇਣਾ ਥਾਣੇਦਾਰ ਮੈਨੂੰ ਸੰਬੋਧਨ ਹੋਇਆ ਚੱਲ ਫੌਜੀ ਆ ਬੈਹ ਟਰੈਕਟਰ ਤੇ ਸਟਾਰਟ ਕਰਕੇ ਦੇ ਮੈਂ ਵੀ ਥੋੜਾ ਸੰਭਲ ਚੁੱਕਿਆ ਸੀ ਮੈਂ ਹੌਸਲੇ ਨਾਲ ਕਿਹਾ ਸਾਬ ਬਹਾਦਰ ਸਾਡਾ ਸ਼ਰੀਕ ਆ ਅਗਲਾ ਕਹੂ ਇਹਨਾਂ ਜਾਣ ਬੁਝ ਕੇ ਟਰੈਕਟਰ ਪੁਲਿਸ ਅੱਗੇ ਲਾਇਆ ਹੈ ਖੈਰ ਪੁਲਿਸ ਟਰੈਕਟਰ ਨੂੰ ਧੱਕਾ ਲਾ ਕੇ ਸਟਾਰਟ ਕਰਕੇ ਲੈ ਗਈ ਪੁਲਿਸ ਦੇ ਜਾਣ ਤੋਂ ਬਾਅਦ ਚਾਚੀ ਸਾਡੇ ਘਰ ਆ ਗਏ ਰੋਂਦੀ ਕਹਿਣ ਲੱਗੀ ਛਿੰਦੇ ਮਰਨਾ ਸ਼ੀਰਾ ਅਜ ਨਾਲੇ ਖੇ ਖਾਂਦਾ ਫਿਰਦਾ ਹੋਣਾ ਆ ਜਾ ਉਹਨੂੰ ਕਹਿ ਪੇਸ਼ ਹੋ ਜਾ ਕਿਉਂ ਬੁੱਡੇ ਬਾਰੇ ਸਾਡੇ ਤੌਲੇ ਰੋਲਣ ਲੱਗੇ ਠੀਕ ਏ ਸ਼ੀਰਾ ਤੀਜੇ ਦਿਨ ਸ਼ਹਿਰ ਮਿਲ ਪਿਆ ਮੈਂ ਦੱਸਣ ਲੱਗਾ ਤਾਂ ਮੈਨੂੰ ਕਹਿੰਦਾ ਭਾਉ ਮੈਨੂੰ ਸਾਰੀ ਖਬਰ ਮਿਲ ਗਈ ਐ ਲੁੱਟ ਤਾਂ ਮੈਂ ਨਹੀਂ ਕੀਤੀ ਪਰ ਜਿਹਨੇ ਮੇਰੀ ਮੁਖਬਰੀ ਕੀਤੀ ਐ ਉਹਦੇ ਨਾਲ ਜ਼ਰੂਰ ਸੱਜ ਲੂੰ ਪਤਾ ਨਹੀਂ ਉਹ ਸੱਚ ਬੋਲ ਰਿਹਾ ਸੀ ਜਾਂ ਨਹੀਂ ਮੈਂ ਸਿਰਫ ਇੰਨਾ ਹੀ ਕਿਹਾ ਜਿਨੀ ਰਾਹੀ ਤੁਰ ਪਿਆ ਠੀਕ ਨਹੀਂ ਸ਼ਿਰਾ ਇਹ ਮੈਨੂੰ ਛੋਟੇ ਹੀ ਹੁੰਦਿਆ ਹੀ ਨਸੀਹਤ ਕੀਤੀ ਭਾਈ ਪਾਉ ਮੈਨੂੰ ਮਿਲਣ ਦੀ ਇੰਜ ਦੁਬਾਰਾ ਕੋਸ਼ਿਸ਼ ਨਾ ਕਰੇ ਅੱਜ ਕੱਲ ਫੌਜੀਆ ਨੂੰ ਚੁੱਕਦੇ ਆ ਪੁਲਿਸ ਮਿੰਟ ਨਹੀਂ ਲਾਉਂਦੀ ਇਹ ਗੱਲ ਉਹਦੀ 100% ਦੀ ਸੱਚ ਸੀ ਥਾਣੇਦਾਰ ਦੇ ਬੋਲ ਸੋਣੀ ਚੁੱਕਾ ਸੀ ਇਨੀ ਦਿਨੀ ਸਾਡੇ ਨੇੜਲੇ ਪਿੰਡ ਖੇਤਾਂ 'ਚ ਇੱਕ ਡੇਰੇ ਤੇ ਖੜਕੂ ਲੁਕੇ ਹੋਣ ਦੀ ਸੂਹ ਤੇ ਘੇਰਾ ਪੈ ਗਿਆ 17 ਘੰਟੇ ਮੁਕਾਬਲਾ ਚੱਲਿਆ ਇੱਕੋ ਮੁੰਡਾ ਸੀ ਉਸੇ ਪਿੰਡ ਦੇ ਇੱਕ ਟਾਂਗਾ ਚਾਲਕ ਦਾ ਬੇਰੋਜ਼ਗਾਰ ਭਰਾ ਮੁਕਾਬਲੇ 'ਚ ਡੇਰੇ ਨੂੰ ਮਾਟਰਾਂ ਦੇ ਗੋਲਿਆਂ ਨਾਲ ਤਕਰੀਬਨ ਲੂਹੀ ਦਿੱਤਾ ਮੁੰਡਾ ਵੀ ਮਾਰਿਆ ਗਿਆ ਲੋਕਾਂ ਦੀ ਜ਼ੁਬਾਨ ਤੇ ਤਾਂ ਕਿ ਮੁੰਡੇ ਨੇ 17 ਘੰਟੇ ਫੋਰਸ ਨੇੜੇ ਨਹੀਂ ਢੁੱਕਣ ਦਿੱਤੀ ਜਵਾਨਾ ਵਾਂਗ ਲੜ ਕੇ ਸ਼ਹੀਦ ਹੋਇਆ ਪਰ ਇਹ ਕਿਸੇ ਨੇ ਨਹੀਂ ਕਿਹਾ ਕਿ ਇਸ ਰਾਤ ਇਹ ਮੁੰਡਾ ਕਿਉਂ ਤੁਰਿਆ ਇਹਦਾ ਜ਼ਿੰਮੇਵਾਰ ਕੌਣ ਹੈ ਚਾਚੇ ਦੇ ਪਗੋੜੇ ਮੁੰਡੇ ਕਰਕੇ ਇੱਕ ਦਿਨ ਉਹਦੇ ਛੋਟੇ ਨਾਬਾਲਗ ਭਰਾ ਗੀਤੇ ਨੂੰ ਜੋ ਕਿ 12ਵੀਂ ਚ ਪੜਦਾ ਸੀ ਪੁਲਿਸ ਫੜ ਕੇ ਲੈ ਗਈ। ਅਖੀਰ ਨੂੰ ਸ਼ੀਰੇ ਦਾ ਸਾਰਾ ਪਤਾ ਹੈ। ਥਾਣੇ ਪਹੁੰਚ ਕੀਤੀ ਤਾਂ 7 ਦਿਨ ਮੁੰਡਾ ਕਿੱਥੇ ਹੈ ਕਿਸੇ ਮੁਲਾਜ਼ਮ ਨੇ ਕੋਈ ਸੂਤਕ ਨਾ ਦਿੱਤੀ। ਇਹੀ ਕਹਿੰਦੇ ਰਹੇ ਸਰਦਾਰ ਨੂੰ ਪਤਾ ਹੋਊ। ਇੰਜ ਮਹਿਸੂਸ ਹੋਣ ਲੱਗਾ ਜਿਵੇਂ ਮੁੰਡਾ ਮਾਰ ਦਿੱਤਾ ਗਿਆ ਹੋਵੇ। ਅਖੀਰ ਦੂਰ ਦੀ ਰਿਸ਼ਤੇਦਾਰੀ ਚੋਂ ਇੱਕ ਸੇਵਾਮੁਕਤ ਡੀਐਸਪੀ ਨੇ ਆਪਣਾ ਸੁਖ ਵਰਤ ਕੇ ਕੁਝ ਸੌਦੇਬਾਜ਼ੀ ਕਰਕੇ ਮੁੰਡਾ ਘਰ ਮੁੜਦਾ ਕੀਤਾ। ਪਟਾਣੇਦਾਰ ਨੇ ਸ਼ੀਰੇ ਦੇ ਪੇਸ ਸੌਣ ਦੀ ਗੱਲ ਨਹੀਂ ਭੁੱਲੀ। ਪਤਾ ਨਹੀਂ ਗੀਤਾ ਨਾਲ ਪੁਲਿਸ ਨੇ ਹਰਾਸਤ ਦੌਰਾਨ ਕਿਹੋ ਜਿਹਾ ਸਲੂਕ ਕੀਤਾ ਸੀ। ਉਹਦੇ ਦਿਮਾਗ 'ਚ ਕੀ ਰਿੱਜਦਾ ਰਿਹਾ ਸੀ। 12ਵੀਂ ਕਰਨ ਤੋਂ ਬਾਅਦ ਗੀਤਾ ਕਿਸੇ ਵਾਕਫਕਾਰ ਦੀ ਸਿਫਾਰਿਸ਼ ਤੇ ਐਸਪੀਓ ਵਰਤੀ ਹੋ ਗਿਆ। ਨਤੀਜਾ ਇਹ ਹੋਇਆ ਕਿ ਗੀਤਾ ਠੀਕ 2 ਮਹੀਨੇ ਬਾਅਦ ਸਟੇਨ ਗੰਨ ਤੇ ਰੌਂਦਾ ਦਾ ਭਰਿਆ। ਮੈਗਜ਼ੀਨ ਲੈ ਕੇ ਪਗੋੜਾ ਹੋ ਗਿਆ ਮੈਨੂੰ ਦੁਬਾਰਾ ਦੋਵੇਂ ਮੁੰਡੇ ਹੀ ਨਹੀਂ ਮਿਲੇ ਪੁਲਿਸ ਨਾਲ ਲੁਕਣ ਮਿਟੀ ਖੇਡਦੇ ਆ ਉਮੀਦਾਂ ਲਾਈ ਬੈਠੇ ਇੱਕ ਹੋਰ ਮਾਪੇ ਦਾ ਲੱਕ ਟੁੱਟ ਗਿਆ ਸੀ ਵਿਦਿਆ ਰਾਜਨੀਤੀ ਤੇ ਧਾਰਮਿਕ ਸਿੱਖਿਆ ਤੋਂ ਕੋਰੇ ਤੇ ਛੋਟੇ ਮੋਟੇ ਅਪਰਾਧਕ ਤੇ ਛੋਕੜ ਵਾਲੇ ਨੌਜਵਾਨਾਂ ਨੂੰ ਇੱਕ جنੂਨ ਦੇ ਤਹਿਤ ਵਿਖੜੇ ਪੈਂਡਿਆਂ ਉੱਤੇ ਜਾਣ ਦਾ ਦੁਖਾਂਤ ਅੱਜ ਵੀ ਮੇਰੀ ਸੋਚ ਦਾ ਪਿੱਛਾ ਨਹੀਂ ਛੱਡ ਰਿਹਾ ਤਨ